ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਰੋਜ਼ੀ ਰੋਟੀ ਭਾਲ ਵਿੱਚ ਇਰਾਕ ਗਏ 7 ਪੰਜਾਬੀ ਨੌਜਵਾਨ ਗਲਤ ਟਰੈਵਲ ਏਜੰਟਾਂ ਦੇ ਹੱਥੇ ਚੜ ਕੇ ਇਰਾਕ ਵਿੱਚ ਫਸ ਗਏ। ਪਿਛਲੇ 8 ਮਹੀਨਿਆਂ ਤੋਂ ਇਰਾਕ ਵਿੱਚ ਫਸੇ ਰਹਿਣ ਤੋਂ ਬਾਅਦ 7 ਪੰਜਾਬੀ ਨੌਜਵਾਨ ਵਤਨ ਪਰਤੇ। ਗੱਲ ਕਰੀਏ ਹਲਕਾ ਫਲੋਰ ਦੀ ਤਾਂ ਇੱਥੇ ਦੇ 5 ਨੌਜਵਾਨ ਹਲਕਾ ਫਲੋਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਦੇ ਯਤਨਾਂ ਸਦਕਾ ਆਪਣੇ ਘਰ ਆਏ ਹਨ। ਇਸ ਸੰਬੰਧੀ ਗੁਰਾਇਆ ਵਿਖੇ ਇੱਕ ਪ੍ਰੈਸ ਵਾਰਤਾ ਦੌਰਾਨ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਦੱਸਿਆ ਕਿ ਗਲਤ ਏਜੰਟਾਂ ਦੇ ਹੱਥੇ ਚੜ ਕੇ ਇਰਾਕ ਗਏ ਅਮਨਦੀਪ ਪੁੱਤਰ ਸਤਨਾਮ ਲਾਲ ਵਾਸੀ ਪਿੰਡ ਅੱਟਾ, ਸੰਦੀਪ ਕੁਮਾਰ ਪੁੱਤਰ ਜੋਗਿੰਦਰ ਰਾਮ ਪਿੰਡ ਛੋਕਰਾ, ਸੌਰਵ ਕੁਮਾਰ ਪੁੱਤਰ ਗੁਦਾਵਰ ਸਿੰਘ ਪਿੰਡ ਛੋਕਰਾ, ਬਲਜੀਤ ਕੁਮਾਰ ਪੁੱਤਰ ਅਮਰਜੀਤ ਸਿੰਘ ਪਿੰਡ ਛੋਕਰਾ, ਗ੍ਰੰਥਦੀਪ ਸਿੰਘ ਪੁੱਤਰ ਰਾਮ ਲੁਭਾਇਆ ਪਿੰਡ ਛੋਕਰਾ, ਪ੍ਰਭਜੋਤ ਸਿੰਘ ਪੁੱਤਰ ਸਰਬਜੀਤ ਸਿੰਘ ਪਿੰਡ ਖਲੀਲ, ਕਮਲਜੋਤ ਪੁੱਤਰ ਮੋਹਨ ਲਾਲ ਭਗਤ ਵਾਸੀ ਪਿੰਡ ਮੋਹ ਕੌਂਸਲਰ ਉੱਥੇ ਜਾ ਕੇ ਫਸ ਗਏ, ਜਿਨ੍ਹਾਂ ਨੂੰ ਨਾ ਤਾਂ ਕੋਈ ਰੁਜ਼ਗਾਰ ਦਿੱਤਾ ਗਿਆ ਸੀ ਅਤੇ ਨਾ ਹੀ ਖਾਣ ਪੀਣ ਲਈ ਕੁਝ ਦਿੱਤਾ ਜਾ ਰਿਹਾ ਸੀ, ਸਗੋਂ ਉਲਟਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਦੀ ਜਾਣਕਾਰੀ ਮਿਲਣ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੀੜਿਤ ਪਰਿਵਾਰ ਤੱਕ ਪਹੁੰਚ ਕੀਤੀ ਗਈ, ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਇਸ ਸੰਬੰਧੀ ਪੀੜਿਤ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਹ ਲੱਖਾਂ ਰੁਪਏ ਲਗਾ ਕੇ ਆਪਣੇ ਸੁਪਨੇ ਪੂਰੇ ਕਰਨ ਲਈ ਇਰਾਕ ਗਏ ਸਨ, ਪਰ ਇਰਾਕ ਜਾ ਕੇ ਉਹ ਬੁਰੀ ਤਰ੍ਹਾਂ ਨਾਲ ਫਸ ਗਏ ਅਤੇ ਉਹਨਾਂ ਉੱਪਰ ਮੁਸੀਬਤਾਂ ਦਾ ਪਹਾੜ ਟੁੱਟ ਗਿਆ, ਕਿਉਂਕਿ ਨਾ ਤਾਂ ਕੋਈ ਕੰਮ ਕਾਰ ਸੀ ਅਤੇ ਨਾ ਹੀ ਰੋਟੀ ਖਾਣ ਲਈ ਕੋਈ ਪੈਸਾ ਸੀ। ਉਹਨਾਂ ਨੇ ਦੱਸਿਆ ਕਿ ਇਰਾਕ ਵਿੱਚ ਰਹਿੰਦੇ ਕੁਝ ਪੰਜਾਬੀ ਨੌਜਵਾਨ ਉਹਨਾਂ ਦਾ ਸਹਾਰਾ ਬਣੇ। ਇਸ ਮੌਕੇ ਉਹਨਾਂ ਨੇ ਵਤਨ ਸੁਰੱਖਿਅਤ ਵਾਪਸੀ ਲਈ ਭਾਰਤ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਹਲਕਾ ਫਲੋਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਦਾ ਧੰਨਵਾਦ ਕੀਤਾ। ਅਕਾਲੀ ਦਲ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ, ਖਹਿਰਾ ਸਾਹਿਬ ਦਾ, ਮਜੀਠੀਆ ਸਾਹਿਬ ਦਾ, ਬੀਬਾ ਹਰਸਿਮਰਤ ਕੌਰ ਦਾ, ਸੁਖਬੀਰ ਬਾਦਲ ਦਾ ਬਹੁਤ ਧੰਨਵਾਦ ਕਰਦੇ ਕਿਉਂਕਿ ਸਾਡੇ ਬੱਚੇ ਵਾਪਸ ਸਾਨੂੰ ਮੋੜ ਕੇ ਦੇ ਦਿੱਤੇ 8 ਮਹੀਨਿਆਂ ਬਾਅਦ। ਸਾਨੂੰ ਇੱਦਾਂ ਸੀ ਜਾਣੀ ਕਿ ਵੀ ਅਸੀਂ ਕਹਿੰਦੇ ਸੀ ਸਾਡੇ ਬੱਚੇ ਕਦੇ ਆ ਨਹੀਂ ਸਕਦੇ ਵਾਪਸ, ਜਿੱਦਾਂ ਬੁਰੀ ਤਰ੍ਹਾਂ ਫਸਾਏ ਪਏ ਸੀ ਏਜੰਟ ਨੇ। ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਨੂੰ ਦੁਬਾਰਾ ਮੋੜ ਕੇ ਦੇ ਦਿੱਤੇ ਸਾਡੇ ਬੱਚੇ। ਮੈਂ ਪਿੰਡ ਅੱਟਾ ਤੋਂ ਅਮਨਦੀਪ ਦਾ ਪਿਤਾ ਸਤਨਾਮ ਲਾਲ, ਇਸ ਸਾਰੀ ਯੂਥ ਦਾ ਬੜਾ ਧੰਨਵਾਦੀ ਹਾਂ ਖਹਿਰਾ ਸਾਹਿਬ ਦਾ ਅਤੇ ਮਜੀਠੀਆ ਸਾਹਿਬ ਜੀ ਦਾ, ਹਰਸਿਮਰਤ ਕੌਰ ਬਾਦਲ ਜੀ ਦਾ, ਸੁਖਦੀਪ ਸਿੰਘ ਬਾਦਲ ਜੀ ਦਾ, ਜਿਨ੍ਹਾਂ ਨੇ ਸਾਨੂੰ ਦੁਬਾਰਾ ਬੱਚੇ ਨੂੰ ਮਿਲਾਇਆ ਔਰ ਸਾਨੂੰ ਬੱਚਾ ਵਾਪਸ ਦਿੱਤਾ, ਔਰ ਖੁਰਾਣਾ ਸਾਹਿਬ ਦਾ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਮਿਹਨਤ ਕੀਤੀ, ਔਰ ਮੈਂ ਕੋਈ ਵੀ ਮੇਰੇ ਕੋਲ ਇਹੋ ਜਿਹਾ ਸ਼ਬਦ ਨਹੀਂ ਜਿਹਦੇ ਨਾਲ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰ ਸਕਾਂ, ਇਹਨਾਂ ਦਾ ਬਹੁਤ ਰਿਣੀ ਹੈ। ਜੀ ਮੇਰਾ ਨਾਮ ਅਮਨਦੀਪ ਹੈ ਜੀ, ਅਤੇ ਮੈਂ ਇਰਾਕ ਵਿੱਚ ਗਿਆ ਸੀਗਾ ਜੀ, ਅਤੇ ਉੱਥੇ ਟਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਭਾਈ। ਉੱਥੇ ਕਿੰਨੇ ਪੈਸੇ ਤੁਸੀਂ ਦਿੱਤੇ ਸੀ ਟਰੈਵਲ ਏਜੰਟ ਨੂੰ? ਭਾਈ ਮੈਂ 2,70,000 ਦੇ ਕੇ ਗਿਆ ਜੀ। ਕੀ ਕਹਿ ਕੇ ਤੁਹਾਨੂੰ ਲੈ ਕੇ ਗਿਆ ਸੀ? ਮੈਨੂੰ ਘਰ ਦੀ ਗੱਡੀ ਚਲਾਉਣ ਲਈ ਸੱਦਿਆ ਸੀ, ਵੀ ਘਰ ਦੀ ਗੱਡੀ ਡਰਾਈਵਿੰਗ ਚਲਾਉਣੇ ਡਰਾਈਵਿੰਗ ਦੇ ਲਈ ਸੱਦਿਆ ਸੀਗਾ ਜੀ, ਹੋਮ ਡਰਾਈਵਰ ਦੇ। ਅਤੇ ਉੱਥੇ ਜਾ ਕੇ ਫਿਰ ਕੀ ਔਕੜਾਂ ਆਈਆਂ ਤੁਹਾਨੂੰ? ਉੱਥੇ ਜਾ ਕੇ ਜੀ ਨਾ ਕਿਸੇ ਨੇ ਕੱਲ੍ਹ ਕੋਈ ਕੰਮ ਸੀਗਾ ਅਤੇ ਸਾਨੂੰ ਇੱਕ ਰੂਮ ਦੇ ਵਿੱਚ ਸੀਗਾ, ਉੱਥੇ ਲਿਆ ਕੇ ਰੱਖ ਦਿੱਤਾ, ਨਾ ਕੋਈ ਸਾਡਾ ਵਰਕ ਪਰਮਿਟ ਭਰਿਆ, ਨਾ ਕੁਛ ਆਈਡੀ ਕਾਰਡ ਵਗੈਰਾ, ਕੋਈ ਡਾਕੂਮੈਂਟ ਨਹੀਂ ਸੀਗਾ ਉੱਥੇ ਸਟੇਅ ਕਰਨ ਲਈ, ਅਤੇ ਤਾਂ ਕਰਕੇ ਅਸੀਂ ਓਵਰ ਸਟੇਅ ਵੀ ਹੋ ਗਿਆ, ਇੱਕ ਵਿਜ਼ਿਟ ਵੀ ਸੱਦਿਆ ਸੀਗਾ ਕਰਕੇ, ਅਤੇ ਉਹ ਫਸ ਗਿਆ ਜੀ ਬਸ ਜੀ। ਅਤੇ ਉੱਥੇ ਜਦੋਂ ਫਸੇ ਹੋਏ ਸੀ ਕੀ ਮਹਿਸੂਸ ਕਰਦੇ ਸੀ, ਕਿੱਦਾਂ ਦਾ ਲੱਗਦਾ ਸੀ ਉਦੋਂ? ਮਹਿਸੂਸ ਤਾਂ ਇਹ ਸੀਗਾ ਵੀ ਆਸ ਨਹੀਂ ਸੀਗੀ ਸਾਨੂੰ ਵੀ ਅਸੀਂ ਵਾਪਸ ਚਲੇ ਜਾਵਾਂਗੇ ਆਪਣੀ ਲਾਈਫ ਦੇ ਵਿੱਚ, ਪਰ ਅਕਾਲੀ ਸਰਕਾਰ ਨੇ ਸਾਡੀ ਬਹੁਤ ਬਹੁਤ ਹੈਲਪ ਕੀਤੀ ਅਤੇ ਸਾਨੂੰ ਆਪਣੇ ਦੇਸ਼ ਵਾਪਸ ਲੈ ਆਉਂਦਾ ਜੀ, ਬਹੁਤ ਬਹੁਤ ਥੈਂਕ ਯੂ ਇਹਨਾਂ ਦਾ।
ਅਤੇ ਉੱਥੇ ਜਿਹੜਾ ਖਾਣਾ ਪਾਣ ਪੀਣਾ ਖਾਣਾ ਪੀਣਾ ਸੀਗਾ ਫਿਰ ਉਹ ਕਿੱਦਾਂ ਚੱਲਦਾ ਸੀ ਤੁਹਾਡਾ ਜੀ? ਸਾਡਾ ਖਾਣਾ ਪੀਣਾ ਜੀ ਆਪਣੇ ਪੰਜਾਬੀ ਭਰਾ ਜਿਹੜੇ ਸੀਗੇ, ਇੱਕ ਚਰਨਜੀਤ ਭਾਅ ਜੀ ਸੀਗੇ ਚੰਡੀਗੜ੍ਹ ਤੋਂ, ਭਲਵਾਨ ਭਾਅ ਜੀ, ਇੱਕ ਉਹ ਸੀਗੇ ਜੀ ਛੋਕਰਾਂ ਪਿੰਡ ਤੋਂ ਸੁਰਜੀਤ ਭਾਅ ਜੀ ਸੀਗੇ, ਅਤੇ ਰਾਜ ਕੁਮਾਰ ਸੀਗੇ ਹਰਿਆਣੇ ਤੋਂ ਭਾਅ ਜੀ ਹੁਣੀ, ਇਹਨਾਂ ਨੇ ਭਾਅ ਜੀ ਸਾਡੀ ਬਹੁਤ ਹੈਲਪ ਕੀਤੀ ਖਾਣ ਪੀਣ। ਅਤੇ ਵਤਨ ਤੁਹਾਨੂੰ ਇੱਥੇ ਹੁਣ ਕੌਣ ਲੈ ਗਿਆ ਜੀ, ਕਿਹਦਾ ਵੱਡਾ? ਸਾਡੇ ਨੂੰ ਸਾਨੂੰ ਇੱਥੇ ਆਪਣੇ ਇੰਡੀਆ ਲਿਆਉਣ ਵਿੱਚ ਅਕਾਲੀ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਜੀ, ਸਾਨੂੰ ਵਾਪਸ ਲਿਆਉਣ 'ਚ ਖਹਿਰਾ ਭਾਅ ਜੀ ਹੁਣੀ ਬਹੁਤ ਹੈਲਪ ਕੀਤੀ ਸਾਡੀ। ਅਤੇ ਨੌਜਵਾਨਾਂ ਨੂੰ ਹੁਣ ਇਨ ਫਿਊਚਰ ਲਈ ਕੀ ਕਹਿਣਾ ਚਾਹੋਗੇ, ਵਿਦੇਸ਼ ਜੇ ਜਾਣ ਤਾਂ ਕਿਸ ਤਰੀਕੇ ਨਾਲ ਜਾਣ? ਜੇ ਵਿਦੇਸ਼ ਜਾਣਾ ਤਾਂ ਜੀ ਸਹੀ ਏਜੰਟ ਹੋਵੇ ਕੋਈ, ਜਾਂ ਲਾਇਸੈਂਸ ਹੋਵੇ ਉਹਦੇ ਕੋਲ ਕੋਈ ਹੈ, ਕੋਈ ਵਧੀਆ ਤਰੀਕੇ ਨਾਲ ਭੇਜਣ ਵਾਲਾ ਹੋਵੇ ਤਾਂ ਜਾਓ, ਨਹੀਂ ਤਾਂ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ, ਧੋਖੇ ਦਾ ਸ਼ਿਕਾਰ ਹੋਵੋਗੇ ਸਾਡੇ ਨਾਲ। ਨੌਜਵਾਨ 6 ਤੋਂ 8 ਮਹੀਨੇ ਪਹਿਲਾਂ ਇਰਾਕ ਦੀ ਧਰਤੀ 'ਤੇ ਗਏ ਸੀ, ਟਰੈਵਲ ਏਜੰਟ ਨੇ ਗਲਤ ਕਮਿਟਮੈਂਟ ਕੀਤੀ ਔਰ ਉਹਦੇ ਕਰਕੇ ਉੱਥੇ ਜਿਹੜਾ ਹੈਗਾ ਕਾਫੀ ਮੁਸ਼ਕਿਲ ਦੇ ਵਿੱਚ ਸੀ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਧਿਆਨ ਦੇ ਵਿੱਚ ਆਈ, ਅਸੀਂ ਇਹਨਾਂ ਦੇ ਪਰਿਵਾਰਾਂ ਨੂੰ ਮਿਲੇ, ਮਿਲਣ ਤੋਂ ਬਾਅਦ ਅੱਜ ਉਸ ਮੁਕਾਮ 'ਤੇ ਆ ਵੀ ਉਹ ਜਿਹੜੇ ਪਰਿਵਾਰਾਂ ਦੇ ਲੜਕੇ ਆ ਉਹ ਸਾਰੇ ਨੌਜਵਾਨ ਜਿਹੜੇ ਆ ਉਹ ਵਾਪਸ ਪਰਤ ਆਏ। ਮੈਂ ਸਮਝਦਾ ਵੀ ਜਿਹੜੇ ਵੀ ਗਲਤ ਟਰੈਵਲ ਏਜੰਟਸ ਨੇ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ, ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਲਾਰੇ ਲਾ ਕੇ ਨਹੀਂ ਜਿਹੜਾ ਬਾਹਰ ਲੈ ਕੇ ਜਾਣਾ ਚਾਹੀਦਾ, ਕਿਉਂਕਿ ਪੈਸਾ ਤਾਂ ਸੌਖੇ ਤਰੀਕੇ ਨਾਲ ਕਮਾ ਲੈਂਦੇ ਆ ਪਰ ਜਿਹੜੇ ਨੌਜਵਾਨ ਆ ਜਾਂ ਇੱਧਰ ਘਰਾਂ ਦੇ ਢਾਂਚੇ ਆ ਉਹ ਸਾਰੇ ਹਿੱਲ ਜਾਂਦੇ ਆ। ਇਹਦੇ ਲਈ ਮੈਂ ਇਹ ਮੈਸੇਜ ਵੀ ਦੇਣਾ ਚਾਹੁੰਦਾ ਵੀ ਜਿੰਨੇ ਵੀ ਨੌਜਵਾਨ ਵੀਰ ਨੇ ਜਾਂ ਸਾਡੀਆਂ ਧੀਆਂ ਉਹ ਜਿਹੜਾ ਚਾਹੁੰਦੇ ਆ ਵੀ ਬਾਹਰ ਜਾਣਾ ਉਹ ਸਹੀ ਤਰੀਕੇ ਨਾਲ ਜਾਇਆ ਜਾਵੇ, ਅਤੇ ਬੜੇ ਅੱਛੇ ਜਿਹੜੇ ਟਰੈਵਲ ਏਜੰਟਸ ਵੀ ਨੇ, ਬੜੇ ਅੱਛੇ ਜਿਹੜੇ ਗੌਰਮੈਂਟ ਦੇ ਨਾਲ ਲਿੰਕ ਨੇ ਜਾਂ ਬੜਾ ਅੱਛਾ ਗਾਈਡ ਵੀ ਕਰਦੇ ਆ, ਉਹਨਾਂ ਦੀ ਹੈਲਪ ਲੈਣੀ ਚਾਹੀਦੀ ਹੈ ਅਤੇ ਮਾੜਿਆਂ ਤੋਂ ਬਚਣਾ ਚਾਹੀਦਾ। ਔਰ ਇਹੀ ਮੈਂ ਤਾਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ, ਜੇ ਹੋ ਸਕੇ ਤਾਂ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਜਿਹੜਾ ਹੈਗਾ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਆਪਣੀ ਜ਼ਿੰਦਗੀ ਜੁੜੀ ਚਾਹੀਦੀ ਹੈ ਅਤੇ ਅੱਗੇ ਵਧਣਾ ਚਾਹੀਦਾ, ਬੜਾ ਸਕੋਪ ਹੈ ਇੱਥੇ ਵੀ, ਅਤੇ ਜਿਹੜਾ ਮਾੜੇ ਟਰੈਵਲ ਏਜੰਟ ਹੈ ਉਹਨਾਂ ਤੋਂ ਬਚਣਾ ਚਾਹੀਦਾ। ਤੁਹਾਡੇ ਨਾਲ ਸਾਡੇ ਨਾਲ ਇਹ ਮੇਰੇ ਨਾਲ ਗੱਲ ਕਰਦੇ ਸੀ ਕਿ ਹੁਣ ਸਾਨੂੰ ਅੱਜ ਸਾਡੇ ਕੋਲ ਖਾਣ ਲਈ ਵੀ ਰਾਸ਼ਨ ਹੈ ਨਹੀਂ ਹੈ, ਉਹ ਫਿਰ ਅਸੀਂ ਕੌਂਸਲ ਨਾਲ ਗੱਲ ਕਰਕੇ 1-2-3 ਵਾਰ ਤਾਂ ਉੱਥੋਂ ਵੀ ਹੈਲਪ ਕਰਵਾਈ ਹੈ ਔਰ ਉਹਦੇ ਨਾਲ ਜਿਹੜਾ ਹੈਗਾ ਇਹਨਾਂ ਦਾ ਹੋਇਆ। ਔਰ ਸਭ ਤੋਂ ਵੱਡੀ ਗੱਲ ਹੈ ਵੀ ਜੇਕਰ ਇਹਨਾਂ ਨੌਜਵਾਨਾਂ ਦਾ ਜੇਕਰ ਭਾਰਤ ਸਰਕਾਰ ਵੱਲੋਂ ਪੈਰਵਾਈ ਨਾ ਹੁੰਦੀ ਤਾਂ ਇਹ ਘੱਟੋ ਘੱਟ 14-15 ਲੱਖ ਰੁਪਏ ਜਿਹੜਾ ਹੈਗਾ ਉਹ ਫਾਈਨ ਹੈ ਉਹ ਇਹਨਾਂ ਨੇ ਪੇ ਨਹੀਂ ਸੀ ਕਰ ਪਾਉਣਾ, ਔਰ ਜੇ ਇਹਨਾਂ ਨੇ ਪੇ ਨਹੀਂ ਸੀ ਕਰ ਪਾਉਣਾ ਅੱਜ 9 ਮਹੀਨੇ ਹੋਏ ਆ, ਜੇ ਹੋਰ ਸਾਲ ਲੰਘ ਜਾਂਦਾ ਤਾਂ ਉਹ ਜਿਹੜੀ ਰਕਮ ਹੈ ਉਹ ਵੱਧ ਕੇ ਡਬਲ ਹੋ ਜਾਣੀ ਸੀ, ਅਤੇ ਮੈਂ ਸਮਝਦਾ ਇਹਨਾਂ ਨੂੰ ਸਜ਼ਾ ਹੋਣੀ ਸੀ ਅਤੇ ਇਹਨਾਂ ਨੇ ਮਤਲਬ ਜਿਹੜਾ ਹੈਗਾ ਉਹ ਇੰਡੀਆ ਵੀ ਨਹੀਂ ਸੀ ਆ ਸਕਣਾ, ਅਤੇ ਗਲਤੀ ਇਹਨਾਂ ਦੀ ਕੋਈ ਨਹੀਂ ਸੀ ਉਹਦੇ ਵਿੱਚ। ਜਿਹੜੇ ਪਰਿਵਾਰਾਂ ਜਿਹੜੇ ਉਹ ਫਸੇ ਹੋਣਗੇ ਉਹਨਾਂ ਦੇ ਲਈ ਤੁਹਾਡੇ ਵੱਲੋਂ ਕੀ ਕੁਛ ਕੀਤਾ ਜਾਏ? ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਹੈਗੀ ਹੈ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਊਗਾ, ਉਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਕਿਉਂਕਿ ਪੰਜਾਬ ਕਾਫੀ ਵੱਡਾ ਹੈ ਉਹ ਕਿਤੇ ਵੀ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਉਹ ਸਾਡੇ ਪ੍ਰਧਾਨ ਸਾਹਿਬ ਨੇ ਕਹਿ ਦਿੱਤਾ ਹੈ ਬਈ ਸਾਰੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ MLAs XMLAs ਉਹਨਾਂ ਨਾਲ ਸੰਪਰਕ ਕਰਨ ਤਾਂ ਕਿ ਜਿਹੜੀ ਕੋਈ ਵੀ ਕਿਸੇ ਨੂੰ ਦੁਬਧਾ ਆਉਂਦੀ ਉਹ ਜਿਹੜਾ ਉਹਦੇ ਵਿੱਚੋਂ ਕੱਢਿਆ। ਜਿਹੜੇ ਏਜੰਟ ਸੀ ਉਹਨਾਂ 'ਤੇ ਤੁਹਾਡੀ ਕੀ ਕਾਰਵਾਈ ਰਹੂਗੀ? ਮੈਂ ਸਮਝਦਾ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੰਪਲੇਂਟ ਕੀਤੀ ਸੀ ਉਹ ਜਿਹੜਾ ਹੈਗਾ ਹੁਣ ਅਸੀਂ ਹਾਇਰ ਅਥਾਰਟੀਜ਼ ਨੂੰ ਮਿਲ ਕੇ ਇਹਨਾਂ ਦੀ ਨੂੰ ਉਹਨਾਂ ਨੂੰ ਕਹਾਂਗੇ ਵੀ ਜਿਹੜਾ ਇਹ ਝੂਠ ਬੋਲ ਕੇ ਲੈ ਕੇ ਗਏ ਆ ਜਿਹਨਾਂ ਨੂੰ ਸੁਪਨੇ ਦਿਖਾਏ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ। ਔਰ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਨੇ ਕੱਲ੍ਹ ਕਿਹਾ ਵੀ ਹੈ ਔਰ ਅਸੀਂ 2-3 ਨੂੰ ਸੈਸ਼ਨ ਸ਼ੁਰੂ ਹੋਣਾ ਔਰ ਉਹ ਸੈਸ਼ਨ ਦੇ ਵਿੱਚ ਵੀ ਅਸੀਂ ਇਹ ਮੰਗ ਰੱਖਾਂਗੇ ਵੀ ਸਖ਼ਤ ਕਾਨੂੰਨ ਹੋਣਾ ਚਾਹੀਦਾ ਔਰ ਸਾਡੀ ਕੋਸ਼ਿਸ਼ ਹੋਊਗੀ ਵੀ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਤਾਂ ਕਿ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕਿਸੇ ਨੇ ਇੱਦਾਂ ਨਾ ਕਰ ਸਕੇ।